ਨੇ ਦੱਸਿਆ ਵਕੀਲ ਸਾਹਿਬ ਨੇ ਜਿਹੜੇ ਇਲੈਕਸ਼ਨਾਂ ਬਾਰੇ, ਤਾਂ ਇਲੈਕਸ਼ਨ ਬੜੇ ਟੇਢੇ ਢੰਗ ਨਾਲ ਚੱਲ ਰਹੇ ਨੇ। ਦੇਖੋ ਜਿਹੜੀ ਭਾਜਪਾ ਤੇ ਅਕਾਲੀ ਹੈ ਇੱਕੋ ਨੇ, ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ 'ਚ ਗੱਠਜੋੜ ਆ, ਪੰਜਾਬ 'ਚ ਡਰਾਮੇ ਕਰ ਰਹੇ ਨੇ, ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿ ਦੇਣਾ ਫਲਾਣਾ ਦੂਜੇ ਨੂੰ ਵੋਟ ਪਾਓ। ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਕਿ ਮੇਰੇ ਕੋਲ ਇਕੱਲੀ ਸ਼ਹਿਰੀ ਵੋਟ ਹੈ, ਉਹਦੇ ਕੋਲ ਪੇਂਡੂ ਵੋਟ ਹੈ ਨਹੀਂ, ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਵੋਟ ਮਾੜੀ ਮੋਟ ਹੈਗੀ ਹੈ, ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇ। ਹੁਣ ਆਪਾਂ ਇਕੱਲੇ ਇੱਕ ਕੈਂਡੀਡੇਟ ਇਹੋ ਜਿਹੇ ਆ ਜਿਹਦਾ ਆਪਣਾ ਸਾਰਿਆਂ ਨਾਲ ਹੀ ਟੱਕਰ ਆ। ਆਪਾਂ ਨੂੰ ਇਹ ਨਹੀਂ ਸੋਚਣਾ ਕਿ ਯਾਰ ਚੱਲ ਦੋ ਵੋਟਾਂ ਪਾਸ ਗਈਆਂ ਇੱਕ ਰਹਿ ਗਈ ਘਰ ਬਹਿ ਗਈ ਵੋਟ, ਨਹੀਂ ਆਹ ਕੰਮ ਨਹੀਂ ਹੋਣਾ। ਜੇ ਆਪਾਂ ਇਹ ਕਰ ਗਏ ਤਾਂ ਉਹ ਸਮਝੋ ਦੋ ਗਰੁੱਪ ਇਕੱਠੇ ਨੇ, ਅਸੀਂ ਇਕੱਲੇ, ਦੂਜੇ ਬੰਨੇ ਦੋ ਗਰੁੱਪ ਨੇ, ਇੱਕ ਗਰੁੱਪ ਉਹਨਾਂ ਦਾ ਇਕੱਠਾ, ਇੱਕ ਉਹਨਾਂ ਦਾ ਇਕੱਠਾ ਹੈ, ਅਸੀਂ ਇਕੱਲੇ। ਸੋ ਮੇਰੀ ਬੇਨਤੀ ਹੈ ਕਿ 1 ਤਰੀਕ ਨੂੰ ਆਪਾਂ ਜਿਹੜਾ ਹਰ ਬੰਦੇ ਨੇ ਵੋਟ ਪਾਉਣੀ ਹੈ, ਇਹਨਾਂ ਨੇ ਤੁਹਾਨੂੰ ਗੁੰਮਰਾਹ ਵੀ ਕਰਨਾ ਹੈ। 4-5 ਦਿਨਾਂ 'ਚ ਬਹੁਤ ਵੀਡੀਓ ਦੇਣਗੇ ਇਹੋ ਜਿਹੀਆਂ ਜਿਹੜੀਆਂ ਅਗੇਂਸਟ ਬੋਲਣਗੇ, ਜਾਂ ਸਟੇਟ ਆਪਦੇ ਬੰਦੇ ਖੜੇ ਕਰੇਗੀ। ਜਿਵੇਂ ਮੈਂ ਸਵੇਰੇ ਹੀ ਵੇਖੀ ਜਾਂਦਾ ਸੀ ਕਿ ਭਾਈ ਸਾਹਿਬ ਬਾਹਰੋਂ ਬੋਲ ਰਹੇ ਸੀ, ਯਾਰ ਇਹ ਬੰਦੇ 15 ਦਿਨ ਪਹਿਲਾਂ ਕਿੱਥੇ ਸੀ, 2 ਮਹੀਨੇ ਪਹਿਲਾਂ ਕਿੱਥੇ ਸੀ। ਜਦੋਂ ਮੋਰਚਾ ਲੱਗਦਾ ਹੈ ਇਹ ਆਦਮੀ ਫੇਵਰ 'ਚ ਬੋਲਦੇ, ਜਦੋਂ ਇਲੈਕਸ਼ਨ ਲੜਦੇ ਆ ਇਹ ਆਦਮੀ ਕੁੰਡਾ 'ਚੋਂ ਬਾਹਰ ਆ ਗਏ ਨੇ। ਸੋ ਇਹਨਾਂ ਨੂੰ ਇਹ ਨਾ ਸੋਚੋ ਕਿ ਪਹਿਰਾਵਾ ਨਾ ਵੇਖਿਆ ਜੀ ਕਿ ਇਹ ਪਹਿਰਾਵਾ ਜਥੇਦਾਰ ਵਾਲਾ ਹੈ ਜਾਂ ਪਹਿਰਾਵਾ ਦੂਜਾ ਹੈ, ਇਹਨਾਂ ਦੇ ਮਗਰ ਹਕੂਮਤ ਬੋਲਦੀ ਹੈ। ਹਕੂਮਤ ਨੂੰ ਡਰ ਇੱਕੋ ਹੀ ਹੈ ਕਿ ਇਹ ਚਿਹਰਾ ਜਿਹੜਾ ਇਹ ਪਾਰਲੀਮੈਂਟ 'ਚ ਨਹੀਂ ਜਾਣਾ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਰਾਵੇ ਵਾਲਾ ਚਿਹਰਾ ਉਹਨਾਂ ਨੂੰ ਸੈਂਟਰ ਨੂੰ ਚੰਗਾ ਨਹੀਂ ਲੱਗਦਾ। ਮੈਂ ਅੱਗੇ ਵੀ ਕਹਿ ਕੇ ਹਟਿਆ, ਅੱਜ ਤੀਕਰ ਉਹਨਾਂ ਨੇ ਪੱਗ ਵਾਲਾ ਬੰਦਾ ਕਿਤੇ ਵੀ, ਉਹਨਾਂ ਨੇ ਭਗਤ ਸਿੰਘ ਨੂੰ ਵੀ ਹੈਲਮਟ 'ਚ ਵਿਖਾਇਆ, ਉਹਨਾਂ ਨੇ ਕਿਤੇ ਵੀ ਏਅਰਪੋਰਟ 'ਤੇ ਪੱਗ ਨਹੀਂ ਵਿਖਾਈ ਜਾਂਦਾ। ਉਹਨਾਂ ਨੂੰ ਦੱਸਣ ਨੂੰ ਜੀ ਨਹੀਂ ਕਰਦਾ ਵਰਲਡ ਦੇ ਵਿੱਚ ਕਿ ਪੱਗ ਦੀ ਕੀ ਦੇਣ। ਸੋ ਹਮੇਸ਼ਾ ਉਹ ਪੱਗ ਨੂੰ ਨਫ਼ਰਤ ਕਰਦੇ ਨੇ। ਜੇ ਇਕੱਲੀ ਸਾਡੇ ਵਰਗੀ ਪੱਗ ਨੂੰ ਨਫ਼ਰਤ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰਾਵੇ ਨੂੰ ਕਿਵੇਂ ਬਰਦਾਸ਼ਤ ਕਰਨਗੇ। ਸੋ ਇਸ ਪਹਿਰਾਵੇ ਨੂੰ ਪਹੁੰਚਾਉਣ ਦੇ ਉੱਪਰ, ਪਾਰਲੀਮੈਂਟ 'ਚ ਪਹੁੰਚਾਉਣ ਦੇ ਲਈ ਆਪਣੇ ਕੋਲ ਹੁਣ 4 ਦੇ, ਇਹ ਆਪਾਂ ਨੂੰ ਹਰ ਬੰਦੇ ਨੂੰ ਹਰ ਪਿੰਡ ਨੂੰ ਆਪਣੇ ਆਪ ਸੋਚਣਾ ਪੈਣਾ ਹੈ। ਉਹ ਜੋ ਮਰਜ਼ੀ ਬਕਵਾਸ ਕਰਨ ਆਪਾਂ ਉਹਨਾਂ ਦੇ ਮਗਰ ਨਹੀਂ ਲੱਗਣਾ। ਉਹਨਾਂ ਨੇ ਨਸ਼ਾ ਵੀ ਵਰਤਾਉਣਾ ਹੈ, ਉਹਨਾਂ ਨੇ ਥਰੈਟ ਵੀ ਕਰਨਾ ਹੈ, ਉਹਨਾਂ ਨੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਨੇ ਕੱਖ ਨਹੀਂ ਹੁੰਦਾ। ਇੱਕ ਪਿਛਲੇ ਪਿੰਡ ਮੈਨੂੰ ਪਤਾ ਲੱਗਿਆ ਆਮ ਆਦਮੀ ਦਾ ਇੱਕ ਜਿਹੜਾ ਇਹਨਾਂ ਦਾ ਵਿਧਾਇਕ ਹੈ ਜਾਂ ਮਿਨਿਸਟਰ ਹੈ ਗੁਰਸਿੱਖ ਦੇ ਬੰਦੇ ਦੀ, ਉਹਨੇ ਇਨਸਲਟ ਵੀ ਕੀਤੀ ਹੈ, ਸ਼ਾਇਦ ਮਾਰਕੁੱਟ ਵੀ ਕੀਤੀ ਹੈ, ਪਰ ਇਹ ਹਕੂਮਤ ਸਦਾ ਨਹੀਂ ਰਹਿੰਦੀ ਹੁੰਦੀ, ਇਹ ਥੋੜ੍ਹਾ ਸਮਾਂ ਹੀ ਹੈ, ਬਾਹਲਾ ਜ਼ਿਆਦਾ ਸਮਾਂ ਨਹੀਂ। ਸੋ ਮੇਰੀ ਬੇਨਤੀ ਹੈ 1 ਤਰੀਕ ਨੂੰ ਆਪਾਂ ਜਿਹੜਾ ਹੈ ਬੜੀ ਲਗਨ ਦੇ ਨਾਲ ਅਤੇ ਬੜੇ ਧਿਆਨ ਦੇ ਨਾਲ ਜਿਹੜੀ ਆਪਾਂ ਵੋਟ ਹੈ ਉਹ ਆਪਾਂ ਪਾਉਣੀ ਆ। ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ, ਵਾਹਿਗੁਰੂ ਜੀ।